ਹੁਣ ਤੀਰਥ ਕਰਨ ਲਈ ਅਸੀਂ ਜਾਂਦੇ ਹਾਂ, ਪਤਾ ਨਹੀਂ ਦੁਨੀਆ ਦੇ ਅੰਦਰ ਕਿਤਨੇ ਤੀਰਥ ਹਨ, ਤੀਰਥ ਕਿਤਨੇ ਹਨ। ਤੀਰਥ ਦਾ ਅਰਥ ਕਿਹਾ ਹੈ, ਤੀਰਥ ਦਾ ਅਰਥ ਹੈ ਇਸ ਤੀਰ ਤੋਂ ਦੂਸਰੇ ਤੀਰ। ਇੱਥੇ ਖੜ੍ਹੇ ਹਾਂ, ਉਰਲੇ ਪਾਰ ਖੜ੍ਹੇ ਹਾਂ, ਜੋ ਪਰਲੇ ਪਾਰ ਸਾਨੂੰ ਲਗਾ ਦੇਵੇ, ਮੈਨੇ ਲੰਘਾ ਦੇਵੇ, ਉਸਨੂੰ ਤੀਰਥ ਕਿਹਾ ਜਾਂਦਾ ਹੈ। ਮੈਨੇ ਭਵ ਸਾਗਰ, ਭਵ ਦਾ ਅਰਥ ਕਿਹਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਇਸਨੂੰ ਭਵ ਕਿਹਾ ਗਿਆ। ਮੈਨੇ ਸਾਡੇ ਅੰਦਰ ਇੱਕ ਪ੍ਰਕਾਰ ਦੀ ਨਾਨਾ ਪ੍ਰਕਾਰ ਦੀਆਂ ਵਾਸ਼ਨਾਵਾਂ ਦੇ ਨਾਲ ਜੀ ਭਰਿਆ ਹੋਇਆ ਹੈ।